ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀਓ, ਅੱਜ ਅਸੀਂ ਤੁਹਾਡੇ ਸਨਮੁੱਖ ਕਰਾਂਗੇ ਸਾਖੀ ਗੁਰੂ ਰਾਮਦਾਸ ਜੀ ਦੇ ਸਾਹਿਬਜ਼ਾਦੇ। ਪਿਆਰੀ ਸਾਧ ਸੰਗਤ ਜੀਓ, ਸ਼੍ਰੀ ਗੁਰੂ ਰਾਮਦਾਸ ਜੀ ਦੇ ਘਰ ਮਾਤਾ ਭਾਨੀ ਜੀ ਦੀ ਕੁੱਖੋਂ ਤਿੰਨ ਸਾਹਿਬਜ਼ਾਦਿਆਂ ਦਾ ਜਨਮ ਹੋਇਆ। ਸਭ ਤੋਂ ਵੱਡਾ ਪ੍ਰਿਥੀ ਚੰਦ, ਉਸ ਤੋਂ ਛੋਟੇ ਬਾਬਾ ਮਹਾਂਦੇਵ ਜੀ ਅਤੇ ਸਭ ਤੋਂ ਛੋਟੇ ਸ਼੍ਰੀ ਅਰਜਨ ਦੇਵ ਜੀ ਸਨ। ਪ੍ਰਿਥੀ ਚੰਦ ਮਨ ਦਾ ਬੜਾ ਖੋਟਾ ਸੀ ਅਤੇ ਉਹ ਬੜਾ ਚਲਾਕ ਅਤੇ ਚਤੁਰ ਆਦਮੀ ਸੀ। ਸੰਸਾਰਿਕ ਕੰਮਾਂ ਕਾਰਾਂ ਦੇ ਪੱਖੋਂ ਉਹ ਬੜਾ ਸਿਆਣਾ ਅਤੇ ਤੇਜ਼ ਸੀ। ਪਿਤਾ ਗੁਰੂ ਰਾਮਦਾਸ ਜੀ ਦੇ ਗੁਰਗੱਦੀ ਉੱਤੇ ਵਿਰਾਜਮਾਨ ਹੋਣ ਤੋਂ ਬਾਅਦ ਗੁਰੂ ਘਰ ਦਾ ਹਰ ਪ੍ਰਕਾਰ ਦਾ ਲੈਣ ਦੇਣ ਅਤੇ ਹਿਸਾਬ ਕਿਤਾਬ ਉਹ ਹੀ ਸਭ ਤੋਂ ਜ਼ਿਆਦਾ ਕਰਦਾ ਸੀ। ਸ਼ਰਧਾਲੂਆਂ ਵੱਲੋਂ ਆਈਆਂ ਭੇਟਾਵਾਂ ਦੀ ਸਾਂਭ ਸੰਭਾਲ, ਮਸੰਦਾ ਰਾਹੀਂ ਆਈ ਮਾਇਆ ਦਾ ਰੱਖ ਰਖਾਵ, ਗੁਰੂ ਕੇ ਲੰਗਰ ਦਾ ਪ੍ਰਬੰਧ, ਇਮਾਰਤਾਂ ਲਈ ਆਏ ਸਾਜੋ ਸਮਾਨ ਅਤੇ ਖਰਚ ਹੋਏ ਪੈਸਿਆਂ ਦਾ ਹਿਸਾਬ ਕਿਤਾਬ ਆਦਿ ਸਭ ਪ੍ਰਿਥੀਆ ਹੀ ਦੇਖਦਾ ਸੀ। ਇਸ ਤਰ੍ਹਾਂ ਹਰ ਪ੍ਰਕਾਰ ਦੇ ਮੁੱਖ ਕੰਮਾਂ ਦਾ ਪ੍ਰਬੰਧਕ ਹੋਣ ਕਰਕੇ ਸਭ ਸੰਗਤਾਂ ਵਿੱਚ ਦਾ ਚੰਗਾ ਅਸਰ ਰਸੂਖ ਅਤੇ ਆਦਰ ਸਤਿਕਾਰ ਸੀ। ਸਾਰੇ ਪੈਸੇ ਟੱਕੇ ਦਾ ਪ੍ਰਬੰਧ ਹੋਣ ਕਰਕੇ ਉਹ ਆਪਣੇ ਲਈ ਕੁਝ ਵੱਖਰੇ ਪੈਸੇ ਵੀ ਜੋੜੀ ਜਾ ਰਿਹਾ ਸੀ ਅਤੇ ਵੱਡੇ ਹਾਕਮਾਂ ਨਵਾਬਾਂ ਨਾਲ ਆਪਣੀ ਮਿੱਤਰਤਾ ਵੀ ਕਾਇਮ ਕਰ ਰਿਹਾ ਸੀ ਤਾਂ ਕਿ ਲੋੜ ਪੈਣ ਉੱਤੇ ਗੁਰਗੱਦੀ ਦੀ ਪ੍ਰਾਪਤੀ ਲਈ ਉਹਨਾਂ ਦੀ ਮਦਦ ਲੈ ਸਕੇ। ਇਸ ਤਰ੍ਹਾਂ ਪ੍ਰਿਥੀ ਚੰਦ ਗੁਰੂ ਘਰ ਦੀ ਸੇਵਾ ਸੰਭਾਲ ਦਾ ਇਹ ਕੰਮ ਕਾਰ ਸੇਵਾ ਸਮਝ ਕੇ ਕਰਨ ਦੀ ਬਜਾਏ ਕਿਸੇ ਖਾਸ ਮਕਸਦ ਦੀ ਪ੍ਰਾਪਤੀ ਲਈ ਕਰ ਰਿਹਾ ਸੀ। ਪ੍ਰਿਥੀ ਚੰਦ ਗੁਰੂ ਘਰ ਦਾ ਖਾਸ ਪ੍ਰਬੰਧਕ ਅਤੇ ਗੁਰੂ ਸਾਹਿਬ ਜੀ ਦਾ ਵੱਡਾ ਸਪੁੱਤਰ ਹੋਣ ਕਰਕੇ ਵੀ ਆਪਣੇ ਆਪ ਨੂੰ ਗੁਰਗੱਦੀ ਦਾ ਖਾਸ ਹੱਕਦਾਰ ਸਮਝਦਾ ਸੀ। ਉਹ ਸਮਝਦਾ ਸੀ ਕਿ ਗੁਰੂ ਨਾਨਕ ਦੇਵ ਜੀ ਦੀ ਸੇਵਾ ਕਰਕੇ ਹੀ ਭਾਈ ਲਹਿਣਾ ਜੀ ਨੇ ਗੁਰਗੱਦੀ ਪ੍ਰਾਪਤ ਕੀਤੀ ਸੀ। ਫਿਰ ਤੀਜੇ ਪਾਤਸ਼ਾਹ ਨੇ ਵੀ ਦੂਜੇ ਗੁਰੂ ਸਾਹਿਬ ਜੀ ਦੀ ਸੇਵਾ ਦੁਆਰਾ ਹੀ ਇਹ ਇਲਾਹੀ ਬਖਸ਼ਿਸ਼ ਪ੍ਰਾਪਤ ਕੀਤੀ ਸੀ ਅਤੇ ਮੇਰੇ ਗੁਰੂ ਪਿਤਾ ਜੀ ਨੇ ਵੀ ਤੀਜੇ ਗੁਰੂ ਜੀ ਦੀ ਸੇਵਾ ਦੁਆਰਾ ਹੀ ਉਹਨਾਂ ਦਾ ਮਨ ਜਿੱਤ ਕੇ ਗੁਰਗੱਦੀ ਦੀ ਬਖਸ਼ਿਸ਼ ਨੂੰ ਪ੍ਰਾਪਤ ਕੀਤਾ ਹੈ। ਇਸ ਪ੍ਰਕਾਰ ਪ੍ਰਿਥੀਆ ਮਨ ਵਿੱਚ ਲਾਲਚ ਰੱਖ ਕੇ ਸੇਵਾ ਕਰਦਾ ਸੀ ਕਿ ਮੈਂ ਗੁਰੂ ਘਰ ਦੀ ਅਣਥੱਕ ਸੇਵਾ ਕਰਾਂਗਾ ਤਾਂ ਗੁਰੂ ਪਿਤਾ ਜੀ ਮੇਰੀ ਸੇਵਾ ਤੋਂ ਖੁਸ਼ ਹੋ ਕੇ ਮੈਨੂੰ ਹੀ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪਣਗੇ। ਪਰ ਉਸਦੇ ਮਨ ਵਿੱਚ ਇਹ ਵੀ ਡਰ ਸੀ ਕਿ ਉਸਦਾ ਛੋਟਾ ਭਰਾ ਸ਼੍ਰੀ ਅਰਜਨ ਦੇਵ ਜੀ ਬੜਾ ਸੰਤ ਸੁਭਾਅ ਅਤੇ ਸੇਵਾ ਭਾਵਨਾ ਵਾਲਾ ਹੈ, ਕਿਤੇ ਪਿਤਾ ਗੁਰੂ ਜੀ ਉਸਨੂੰ ਗੁਰਗੱਦੀ ਨਾ ਦੇ ਦੇਣ। ਇਸ ਲਈ ਉਹ ਸ਼੍ਰੀ ਅਰਜਨ ਦੇਵ ਜੀ ਨਾਲ ਬੜੀ ਈਰਖਾ ਕਰਦਾ ਅਤੇ ਗੁਰੂ ਪਿਤਾ ਜੀ ਜਾਂ ਸੰਗਤ ਦੇ ਸਾਹਮਣੇ ਉਸਦਾ ਤ੍ਰਿਸਕਾਰ ਕਰਨ ਅਤੇ ਨੀਵਾਂ ਦਿਖਾਉਣ ਦਾ ਮੌਕਾ ਉਹ ਹਮੇਸ਼ਾ ਤਾੜਦਾ ਰਹਿੰਦਾ ਸੀ। ਪਰ ਪ੍ਰਿਥੀਆ ਇਸ ਗੁੜ ਰਮਜ ਨੂੰ ਨਹੀਂ ਜਾਣਦਾ ਸੀ ਕਿ ਗੁਰਗੱਦੀ ਦੀ ਇਹ ਇਲਾਹੀ ਬਖਸ਼ਿਸ਼ ਤਾਂ ਉਸਨੂੰ ਹੀ ਪ੍ਰਾਪਤ ਹੋਈ ਹੈ ਜਿਸ ਨੇ ਆਪਣੇ ਅੰਦਰ ਹਉਮੈ ਹੰਕਾਰ ਨੂੰ ਬਿਲਕੁਲ ਮਾਰ ਕੇ ਅਤੇ ਪੂਰੀ ਤਰ੍ਹਾਂ ਨਿਸ਼ਕਾਮ ਹੋ ਕੇ ਸੇਵਾ ਕੀਤੀ। ਉਹ ਇਸ ਗੱਲ ਤੋਂ ਅਚੇਤ ਸੀ ਕਿ ਦੂਜੇ, ਤੀਜੇ ਜਾਂ ਚੌਥੇ ਗੁਰੂ ਸਾਹਿਬ ਜੀ ਨੇ ਗੁਰਗੱਦੀ ਪ੍ਰਾਪਤੀ ਦੇ ਲਾਲਚ ਨਾਲ ਸੇਵਾ ਨਹੀਂ ਸੀ ਕੀਤੀ, ਬਲਕਿ ਉਹਨਾਂ ਦਾ ਸੇਵਾ ਕਰਨ ਦਾ ਤਾਂ ਇੱਕੋ ਇੱਕ ਮਨੋਰਥ ਸੀ ਕਿ ਵੱਧ ਤੋਂ ਵੱਧ ਸੇਵਾ ਸਿਮਰਨ ਕਰਕੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਨੂੰ ਪ੍ਰਾਪਤ ਕੀਤਾ ਜਾਵੇ ਅਤੇ ਆਪਣੇ ਆਪ ਨੂੰ ਸੰਸਾਰਿਕ ਵਿਸ਼ੇ ਵਿਕਾਰਾਂ ਤੋਂ ਉੱਪਰ ਚੁੱਕ ਕੇ ਪ੍ਰਭੂ ਭਗਤੀ ਦੇ ਵਿੱਚ ਲੀਨ ਹੋ ਇਸ ਮਨੁੱਖਾ ਜਨਮ ਨੂੰ ਸਫਲਾ ਕੀਤਾ ਜਾਵੇ। ਪ੍ਰਿਥੀ ਚੰਦ ਨੂੰ ਇਹ ਸਮਝ ਨਹੀਂ ਸੀ ਕਿ ਇਹ ਇਲਾਹੀ ਗੁਰਗੱਦੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਹੈ। ਇਸ ਉੱਪਰ ਤਾਂ ਉਹ ਵਿਰਾਜਮਾਨ ਹੋ ਸਕਦਾ ਹੈ ਜੋ ਇਸ ਦੇ ਲਾਇਕ ਹੋਵੇ, ਜਿਸ ਨੂੰ ਅਕਾਲ ਪੁਰਖ ਨੇ ਕਿਰਪਾ ਕਰਕੇ ਖਾਸ ਗੁਣਾਂ ਦੇ ਨਾਲ ਨਿਵਾਜਿਆ ਹੋਵੇ
ਅਤੇ ਪ੍ਰਭੂ ਦੀ ਬਖਸ਼ਿਸ਼ ਦਾ ਪਾਤਰ ਹੋਵੇ। ਇਸ ਅਗੰਮੀ ਗੁਰਗੱਦੀ ਦੀਆਂ ਜ਼ਿੰਮੇਵਾਰੀਆਂ ਇੰਨੀਆਂ ਮਹਾਨ ਅਤੇ ਵੱਡੀਆਂ ਸਨ ਕਿ ਇਸ ਨੂੰ ਕੋਈ ਆਮ ਪ੍ਰਿਥੀ ਚੰਦ ਵਰਗਾ ਹੰਕਾਰੀ ਅਤੇ ਲੋਭੀ ਆਦਮੀ ਨਿਭਾ ਵੀ ਨਹੀਂ ਸੀ ਸਕਦਾ। ਇਸ ਮਹਾਨ ਜ਼ਿੰਮੇਵਾਰੀ ਨੂੰ ਨਿਭਾਉਣ ਦੇ ਸਮਰੱਥ ਤਾਂ ਉਹ ਹੋ ਸਕਦਾ ਹੈ ਜੋ ਹਉਮੈ ਹੰਕਾਰ ਨੂੰ ਤਿਆਗ ਕੇ ਅਕਾਲ ਪੁਰਖ ਦਾ ਰੂਪ ਹੋ ਚੁੱਕਾ ਹੋਵੇ। ਸ਼੍ਰੀ ਗੁਰੂ ਰਾਮਦਾਸ ਜੀ ਦੇ ਦੂਜੇ ਸਾਹਿਬਜ਼ਾਦੇ ਬਾਬਾ ਮਹਾਂਦੇਵ ਜੀ ਸਨ, ਜੋ ਪ੍ਰਿਥੀ ਚੰਦ ਤੋਂ ਛੋਟੇ ਅਤੇ ਸ਼੍ਰੀ ਅਰਜਨ ਦੇਵ ਜੀ ਤੋਂ ਵੱਡੇ ਸਨ। ਉਹ ਬੜੇ ਮਸਤ ਸੁਭਾਅ ਦੇ ਮਾਲਕ ਸਨ। ਉਹ ਸੰਸਾਰ ਵੱਲੋਂ ਬਿਲਕੁਲ ਉਪਰਾਮ ਰਹਿੰਦੇ ਸਨ। ਕਿਸੇ ਵੀ ਸੰਸਾਰਿਕ ਕਾਰ ਵਿਹਾਰ ਵਿੱਚ ਜਾਂ ਗੁਰੂ ਘਰ ਦੀ ਸੇਵਾ ਵਿੱਚ ਉਹਨਾਂ ਦੀ ਕੋਈ ਦਿਲਚਸਪੀ ਨਹੀਂ ਸੀ। ਉਹ ਕਿਸੇ ਨਾਲ ਬੋਲਦੇ ਚਾਲਦੇ ਵੀ ਬਹੁਤ ਘੱਟ ਸਨ। ਸੋ ਉਹਨਾਂ ਵਿੱਚ ਉਹ ਗੁਣ ਨਹੀਂ ਸਨ ਜੋ ਗੁਰਗੱਦੀ ਦੀਆਂ ਮਹਾਨ ਜ਼ਿੰਮੇਵਾਰੀਆਂ ਨੂੰ ਨਿਭਾ ਸਕਣ ਲਈ ਜ਼ਰੂਰੀ ਸਨ, ਅਤੇ ਇਸ ਗੱਲ ਨੂੰ ਬਾਬਾ ਮਹਾਂਦੇਵ ਜੀ ਆਪ ਵੀ ਚੰਗੀ ਤਰ੍ਹਾਂ ਸਮਝਦੇ ਸਨ। ਇਸ ਲਈ ਗੁਰਗੱਦੀ ਪ੍ਰਾਪਤੀ ਦਾ ਖਿਆਲ ਵੀ ਕਦੀ ਉਹਨਾਂ ਦੇ ਮਨ ਵਿੱਚ ਨਹੀਂ ਸੀ ਆਇਆ। ਸ਼੍ਰੀ ਗੁਰੂ ਰਾਮਦਾਸ ਜੀ ਦੇ ਤੀਜੇ ਸਾਹਿਬਜ਼ਾਦੇ ਸ਼੍ਰੀ ਅਰਜਨ ਦੇਵ ਜੀ ਵਿੱਚ ਪੂਰਨ ਗੁਰੂ ਸਿੱਖਾਂ ਵਾਲੇ ਸਾਰੇ ਦੈਵੀ ਗੁਣ ਮੌਜੂਦ ਸਨ। ਉਹ ਹਰ ਵੇਲੇ ਨਾਮ ਜਪਦੇ ਅਤੇ ਬੜੀ ਪ੍ਰੇਮ ਭਾਵਨਾ ਨਾਲ ਸੰਗਤ ਦੀ ਸੇਵਾ ਦੇ ਵਿੱਚ ਲੱਗੇ ਰਹਿੰਦੇ ਸਨ। ਉਹ ਇਹ ਸੇਵਾ ਪ੍ਰਿਥੀ ਚੰਦ ਵਾਂਗ ਕਿਸੇ ਲਾਲਚ ਜਾਂ ਦਿਖਾਵੇ ਲਈ ਨਹੀਂ ਸਨ ਕਰਦੇ, ਬਲਕਿ ਗੁਰੂ ਜੀ ਦੀ ਬਖਸ਼ਿਸ਼ ਪ੍ਰਾਪਤ ਕਰਕੇ ਮਨੁੱਖਾ ਜਨਮ ਨੂੰ ਸਫਲ ਕਰਨ ਲਈ ਕਰਦੇ ਸਨ। ਉਹਨਾਂ ਵਿੱਚ ਗੁਰੂ ਸਪੁੱਤਰ ਹੋਣ ਜਾਂ ਸੇਵਾ ਸਿਮਰਨ ਦਾ ਹੰਕਾਰ ਵੀ ਬਿਲਕੁਲ ਨਹੀਂ ਸੀ। ਉਹਨਾਂ ਦੀ ਬੋਲੀ ਵਿੱਚ ਬੜੀ ਮਿਠਾਸ ਅਤੇ ਸੁਭਾਅ ਵਿੱਚ ਬੜੀ ਸਹਿਣਸ਼ੀਲਤਾ ਸੀ। ਸਹਿਣਸ਼ੀਲਤਾ ਦੇ ਪੁੰਜ ਹੋਣ ਕਰਕੇ ਉਹ ਆਪਣੇ ਵੱਡੇ ਭਰਾ ਪ੍ਰਿਥੀ ਚੰਦ ਵੱਲੋਂ ਉਹਨਾਂ ਨਾਲ ਕੀਤੇ ਦੁਰਵਿਹਾਰ ਅਤੇ ਬੋਲੇ ਬੋਲ ਕੁਬੋਲਾਂ ਨੂੰ ਵੀ ਬਿਲਕੁਲ ਨਹੀਂ ਚਿਤਾਰਦੇ ਸਨ, ਸਗੋਂ ਬੜੇ ਪ੍ਰੇਮ ਅਤੇ ਸਹਿਣਸ਼ੀਲਤਾ ਨਾਲ ਸਹਾਰਦੇ ਸਨ। ਉਹ ਸ਼੍ਰੀ ਗੁਰੂ ਰਾਮਦਾਸ ਜੀ ਦੀ ਸੇਵਾ ਅਤੇ ਸਤਿਕਾਰ ਪਿਤਾ ਭਾਵਨਾ ਨਾਲ ਨਹੀਂ, ਬਲਕਿ ਗੁਰੂ ਨਾਨਕ ਦੇਵ ਜੀ ਦੀ ਚੌਥੀ ਇਲਾਹੀ ਜੋਤ ਅਤੇ ਪਰਮਾਤਮਾ ਦਾ ਸਰੂਪ ਸਮਝ ਕੇ ਕਰਦੇ ਸਨ। ਇਹਨਾਂ ਸਭ ਦੈਵੀ ਗੁਣਾਂ ਕਰਕੇ ਹੀ ਗੁਰੂ ਜੀ ਅਤੇ ਸਾਰੀ ਸੰਗਤ ਵੀ ਉਹਨਾਂ ਦਾ ਬੜਾ ਸਤਿਕਾਰ ਕਰਦੀ ਸੀ। ਪ੍ਰਿਥੀ ਚੰਦ ਸ਼੍ਰੀ ਅਰਜਨ ਦੇਵ ਜੀ ਦੇ ਇਹਨਾਂ ਦੈਵੀ ਗੁਣਾਂ ਅਤੇ ਸੰਗਤ ਨਾਲ ਉਹਨਾਂ ਦਾ ਪ੍ਰੇਮ ਦੇਖ ਕੇ ਉਹਨਾਂ ਤੋਂ ਚਿੜਦਾ ਸੀ ਅਤੇ ਹਰ ਵਕਤ ਡਰਦਾ ਸੀ ਕਿ ਕਿਤੇ ਪਿਤਾ ਗੁਰੂ ਜੀ ਅਰਜਨ ਦੇਵ ਦੇ ਦੈਵੀ ਗੁਣ ਅਤੇ ਰੂਹਾਨੀਅਤ ਦੇਖ ਕੇ ਉਹਨਾਂ ਨੂੰ ਗੁਰਗੱਦੀ ਨਾ ਦੇ ਦੇਣ। ਪਰ ਗੁਰੂ ਗੱਦੀ ਪ੍ਰਾਪਤ ਕਰਨ ਅਤੇ ਗੁਰੂ ਬਣਨ ਦੀ ਖੁਆਇਸ਼ ਤਾਂ ਸ਼੍ਰੀ ਅਰਜਨ ਦੇਵ ਜੀ ਦੇ ਕਦੇ ਨੇੜੇ ਤੇੜੇ ਵੀ ਨਹੀਂ ਸੀ ਢੁਕੀ। ਉਹ ਤਾਂ ਆਪਣੇ ਆਪ ਨੂੰ ਗੁਰੂ ਜੀ ਦੀ ਅਤੇ ਉਹਨਾਂ ਦੀ ਸੰਗਤ ਦਾ ਦਾਸ ਜਾਂ ਸੇਵਕ ਸਮਝਦੇ ਸਨ। ਅਸਲ ਵਿੱਚ ਅਕਾਲ ਪੁਰਖ ਵੱਲੋਂ ਧੁਰੋਂ ਹੀ ਉਹਨਾਂ ਨੂੰ ਇਸ ਮਹਾਨ ਗੁਰਗੱਦੀ ਦੀ ਜ਼ਿੰਮੇਵਾਰੀ ਨਿਭਾਉਣ ਲਈ ਚੁਣਿਆ ਗਿਆ ਸੀ। ਇਹ ਗੱਲ ਸਾਨੂੰ ਤੀਜੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਜੀ ਦੇ ਉਹਨਾਂ ਭਵਿੱਖਤ ਬਚਨਾਂ ਤੋਂ ਵੀ ਸਪੱਸ਼ਟ ਹੋ ਜਾਂਦੀ ਹੈ। ਜਦੋਂ ਛੋਟੀ ਉਮਰ ਵਿੱਚ ਸ਼੍ਰੀ ਅਰਜਨ ਦੇਵ ਜੀ ਰਿੜਦੇ ਹੋਏ ਗੁਰੂ ਅਮਰਦਾਸ ਜੀ ਦੇ ਪਲੰਘ ਦਾ ਪਾਵਾ ਫੜ ਕੇ ਪਲੰਘ ਉੱਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਜਦੋਂ ਗੁਰੂ ਜੀ ਨੇ ਪੁੱਛਿਆ ਸੀ ਕਿ ਕੌਣ ਹੈ ਤਾਂ ਮਾਤਾ ਭਾਨੀ ਜੀ ਨੇ ਜਵਾਬ ਦਿੱਤਾ ਸੀ, ਪਿਤਾ ਜੀ ਤੁਹਾਡਾ ਦੂਤ ਹੈ। ਤਾਂ ਗੁਰੂ ਜੀ ਨੇ ਬਚਨ ਕੀਤੇ ਸਨ, ਦੋਹਿਤਾ ਬਾਣੀ ਕਾ ਬੋਹਿਤਾ। ਨਾਲ ਹੀ ਉਹਨਾਂ ਨੇ ਕਿਹਾ ਸੀ, ਪੁੱਤਰਾ ਅਜੇ ਤੇਰਾ ਇਸ ਗੱਦੀ ਉੱਤੇ ਬੈਠਣ ਦਾ ਸਮਾਂ ਨਹੀਂ ਆਇਆ। ਗੁਰੂ ਰਾਮਦਾਸ ਜੀ ਤਾਂ ਜਾਣਦੇ ਹੀ ਸਨ ਕਿ ਸ਼੍ਰੀ ਅਰਜਨ ਦੇਵ ਜੀ ਹੀ ਇਸ ਮਹਾਨ ਜ਼ਿੰਮੇਵਾਰੀ ਨੂੰ ਨਿਭਾਉਣ ਦੇ ਲਈ ਅਕਾਲ ਪੁਰਖ ਵੱਲੋਂ ਚੁਣੇ ਗਏ ਹਨ, ਅਤੇ ਸਭ ਸੰਗਤਾਂ ਵੀ ਇਸ ਗੱਲ ਨੂੰ ਸਮਝਦੀਆਂ ਸਨ ਕਿ ਸ਼੍ਰੀ ਅਰਜਨ ਦੇਵ ਜੀ ਹੀ ਇਸ ਮਹਾਨ ਸੇਵਾ ਦੇ ਕਾਬਲ ਹਨ। ਪਰ ਪ੍ਰੀਥੀਆ ਇਸ ਅਗੰਮੀ ਸੱਚ ਨੂੰ ਸਮਝ ਨਾ ਸਕਿਆ ਅਤੇ ਆਪਣੇ ਆਪ ਨੂੰ ਗੁਰਗੱਦੀ ਦਾ ਹੱਕਦਾਰ ਸਮਝਦਾ
ਦਿੱਤਾ ਹੋਇਆ ਇਸ ਨੂੰ ਪ੍ਰਾਪਤ ਕਰਨ ਲਈ ਹਰ ਹਿੱਲਾ ਵਸੀਲਾ ਕਰ ਰਿਹਾ ਸੀ। ਸ਼੍ਰੀ ਗੁਰੂ ਰਾਮਦਾਸ ਜੀ ਅਤੇ ਕਾਫੀ ਸੰਗਤ ਉਸਦੀ ਇਹਨਾਂ ਚਲਾਕੀਆਂ ਅਤੇ ਮਨ ਦੀ ਖੋਟ ਨੂੰ ਜਾਣਦੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।